ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਠੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਕੱਕ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਆਕ ਥੱਕ ਚੁੱਕੇ ਐ ਸਰੀਰ ਨੂੰ ਹੋਰ ਖਰਾਬ ਕਰ ਰਹੇ ਐ ਦਵਾਈਆਂ ਲੱਗ ਹੀ ਨਹੀਂ ਰਹੀਆਂ ਪੈਸਾ ਤੇ ਸਿਹਤ ਦੋਨੋਂ ਬਰਬਾਦ ਕਰ ਰਹੇ ਐ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜਤ ਖਾ ਕੇ اپنی ਤੁਹਾਨੂੰ ਕੋਈ ਵੀ ਬਿਮਾਰੀ ਹੈ ਉਹਦਾ ਗਰੰਟੀ ਦੇ ਨਾਲ ਇਲਾਜ ਪਿੰਡ ਡਸਕੇ ਦੇ ਵਿੱਚ ਨਵਜ ਦੇਖ ਕੇ ਦੇਸੀ ਜੜੀ ਬੂਟੀਆਂ ਨਾਲ ਆਪਾਂ ਕਰਦੇ ਹਾਂ ਹਰ ਐਤਵਾਰ ਨੂੰ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਆਪਾਂ ਮਿਲਦੇ ਹਾਂ ਜਿਹੜਾ ਇਹ ਡਸਕਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਹੈ ਨੇੜੇ ਸ਼ਹਿਰ ਬਡਲਾ ਡਾਵੀ ਹੈ ਬਰੇਟਾ ਵੀ ਹੈ ਸੁਨਾਮ ਵੀ ਹੈ ਤੇ ਲਹਿਰਾਗਾਗਾ ਵੀ ਹਰ ਐਤਵਾਰ ਨੂੰ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੈਨੂੰ ਮਿਲ ਸਕਦੇ। ਅੱਜ ਜਿਹੜਾ ਵਿਸ਼ਾ ਹੈ ਉਹ ਹੈ ਗਦੂਦ। ਇਹ ਜ਼ਿਆਦਾਤਰ ਪਸ਼ਾਬ ਟਾਇਪ ਦੇ ਕੋਲ ਹੁੰਦੇ ਆ। ਫੁੱਲ ਜਾਂਦੀਆਂ ਨੇ ਗ੍ਰੰਥੀਆਂ ਪਸ਼ਾਬ ਦੀ ਦਿੱਕਤਾਂ ਲੱਗ ਜਾਂਦੀਆਂ। ਕਈ ਪ੍ਰੋਬਲਮਾਂ ਇਹਦੇ ਨਾਲ ਆਉਂਦੀਆਂ ਐ ਗਦੂਦਾਂ ਨਾਲ। ਸੋ ਇਹਦਾ ਬਹੁਤ ਹੀ ਸੌਖਾ ਇਲਾਜ ਐ। ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ। ਕੋਈ ਇਹਦੀ ਐਨੀ ਦਵਾਈ ਲੰਮੇ ਖਾਣ ਦੀ ਲੋੜ ਨਹੀਂ। 2 ਮਹੀਨੇ ਦਾ ਇਹਦਾ ਇਲਾਜ ਹੁੰਦਾ ਹੈ 2 ਮਹੀਨੇ ਚ ਗਦੂਦ ਬਿਲਕੁਲ ਗਰੰਟੀ ਨਾਲ ਠੀਕ ਹੋ ਜਾਂਦੇ ਆ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਖੁੱਲਾ ਚੈਲੰਜ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਗਦੂਦਾਂ ਦੀ ਪ੍ਰੋਬਲਮ ਹੈ ਕੋਈ ਬਿਮਾਰੀ ਐਸੀ ਹੈ ਉਹਦਾ ਗਰੰਟੀ ਦੇ ਨਾਲ ਇਲਾਜ ਤੁਸੀਂ ਘਰ 'ਚ ਵੀ ਕਰ ਸਕਦੇ ਹੋ ਹਰ ਐਤਵਾਰ ਨੂੰ ਇੱਥੇ ਪਿੰਡ ਡਸਕੇ ਦੇ ਵਿੱਚ ਆ ਕੇ ਵੀ ਕਰਵਾ ਸਕਦੇ ਆਂ ਸੋ ਇਹ ਖੁੱਲਾ ਚੈਲੰਜ ਹੈ 2 ਮਹੀਨਿਆਂ ਦੇ ਵਿੱਚ ਜਿੱਡਾ ਹੀ ਮਰਜੀ ਕਦੂਦਾਂ ਦੀ ਪ੍ਰੋਬਲਮ ਹੈ ਉਹਦਾ ਗਰੰਟੀ ਦੇ ਨਾਲ ਇਲਾਜ ਅਸੀਂ ਕਰਦੇ ਆ ਉਹਦਾ ਮੇਰੇ ਤੋਂ ਭਾਵੇਂ ਸ਼ਟਾਮ ਤੇ ਗਰੰਟੀ ਲਿਖਾ ਕੇ ਲੈ ਲਓ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲੈਣੀਆਂ ਐ ਪੰਸਾਰੀ ਤੋਂ ਉਹ ਨੋਟ ਕਰ ਲਓ ਕੁਲਥੀ ਦੀ ਦਾਲ ਕੁਲਥੀ ਦੀ ਦਾਲ ਹੁੰਦੀ ਐ ਜਿਹੜੀ ਇਹ ਲੈਣੀ ਐ ਤੁਸੀਂ 50 ਗ੍ਰਾਮ ਜੌਂ ਘਰ ਲੈਣਾ 50 ਗ੍ਰਾਮ ਕਲਮੀ ਸੋਰਾ ਜਿਹੜਾ ਉਹ ਲੈਣਾ 50 ਗ੍ਰਾਮ ਮੂਲੇ ਖਾਰ ਹੈ ਜਿਹੜੀ ਉਹ ਲੈਣੀ ਹੈ 50 ਗ੍ਰਾਮ ਠਿਕਰੀ ਨੁਸਾਦਰ ਲੈਣਾ ਹੈ 50 ਗ੍ਰਾਮ ਗੁੜ ਹਲਦੇ ਫੁੱਲਾਂ ਦਾ ਪਾਊਡਰ ਪੰਸਾਰੀਆਂ ਤੋਂ ਮਿਲੋ ਵੀ ਲੈਣਾ ਹੈ 50 ਗ੍ਰਾਮ ਚੰਦਨ ਚਿੱਟਾ ਲੈਣਾ ਹੈ 50 ਗ੍ਰਾਮ ਧਨੀਏ ਦੇ ਬੀਜ ਲੈਣੇ ਆ 50 ਗ੍ਰਾਮ ਸ਼ਤਾਵਰ ਲੈਣਾ ਹੈ 50 ਗ੍ਰਾਮ ਮੁਸਲੀ ਲੈਣੀ ਹੈ ਚਿੱਟੀ 50 ਗ੍ਰਾਮ ਚਾਂਦੀ ਭਸਮ ਲੈਣੀ ਹੈ 5 ਗ੍ਰਾਮ ਤਾਂਬਾ ਭਸਮ ਲੈਣੀ ਹੈ 10 ਗ੍ਰਾਮ ਲੋਹਾ ਭਸਮ ਲੈਣੀ ਹੈ 10 ਗ੍ਰਾਮ ਬੇਰ ਪੱਥਰ ਦੀ ਭਸਮ ਲੈਣੀ ਹੈ 10 ਗ੍ਰਾਮ ਗਲੋਏ ਦਾ ਸਤ ਲੈਣਾ ਹੈ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਲੈ ਕੇ ਪੀਸ ਲੈਣੀ ਹੈ ਜਿਹੜੀਆਂ ਪੀਸਣ ਵਾਲੀਆਂ ਫਿਰ ਇਹਨਾਂ ਨੂੰ ਮਿਲਾ ਲੈਣਾ ਆਪਸ ਦੇ ਵਿੱਚ ਇੱਕ ਚਮਚਾ ਦਵਾਈ ਸਵੇਰੇ ਖਾਲੀ ਪੇਟ ਲੈਣੀ ਹੈ ਗਰਮ ਪਾਣੀ ਨਾਲ ਇੱਕ ਚਮਚਾ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਲੈਣੀ ਹੈ ਗਰਮ ਪਾਣੀ ਦੋ ਟਾਈਮ ਇਹ ਦਵਾਈ ਲੈਣੀ ਹੈ ਮੈਂ ਗਰੰਟੀ ਨਾਲ ਦਾਅਵੇ ਨਾਲ ਕਹਿਣਾ 2 ਮਹੀਨੇ ਖਵਾ ਦੋ ਗਦੂਦਾਂ ਦੀ ਪ੍ਰੋਬਲਮ ਨਹੀਂ ਬੰਦੇ ਨੂੰ ਉਹ ਕਦੇ ਚਾਹੇ ਸ਼ਟਾਮ ਤੇ 10 ਲੱਖ ਦੀ ਗਰੰਟੀ ਲਿਖਾ ਕੇ ਲੈ ਲਓ ਇਹ ਹੀ ਨੁਕਤਾ ਸੀ ਦੇਣਾ ਇਹ ਹੀ ਤੁਸੀਂ ਘਰੇ ਬਣਾ ਸਕਦੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ ਨਵਜ ਦਿਖਾ ਕੇ ਗਰੰਟੀ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹਾਂ ਹਰ ਐਤਵਾਰ ਨੂੰ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 7:00 ਵਜੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਧੰਨ ਗੁਰੂ ਰਾਮਦਾਸ ਧੰਨ ਬਾਬਾ ਸ਼੍ਰੀ ਚੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ